ਮੋਦੀ ਤੈਨੂੰ ਮੂੰਹ ਦੀ ਖਾਣੀ ਪਊਗੀ, ਤੂੰ ਕਿਸਾਨਾਂ ਨੂੰ ਤੰਗ ਕਰ ਰਿਹਾ। 5 ਤਰੀਕ ਨੂੰ ਤਾਂ ਸਾਰਾ ਪੰਜਾਬ ਬੰਦ ਕਰਾਂਗੇ, 26 ਤੇ 27 ਨੂੰ ਟਰੈਕਟਰਾਂ ਰਾਹੀਂ ਦਿੱਲੀ ਜਾਵਾਂਗੇ, ਮੋਦੀ ਦਾ ਉੱਥੇ ਜਾ ਕੇ ਗੱਲ ਘੋਟਾਂਗੇ, ਉਹਨੂੰ ਲੋਟ ਆਉਂਦਾ। ਭਾਰਤ ਦੇ ਫਾਸੀ ਪਿੱਛੇ ਨਹੀਂ ਹਟਣਗੇ, ਮੋਦੀਆ ਤੇਰੇ ਨਾਲ ਸਾਡਾ ਜੰਗ ਲੱਗੂ। ਸ਼ਹੀਦੀਆਂ ਪਾ ਦਿਆਂਗੇ, ਪਿੱਛੇ ਨਹੀਂ ਹਟਾਂਗੇ, ਕਿੰਨਾ ਮਰਜ਼ੀ ਜ਼ੋਰ ਲਾ ਲੈ ਪਿੱਛੇ ਨਹੀਂ ਹਟਦੇ। ਅਸੀਂ ਉੱਠਾਂਗੇ ਨਹੀਂ, ਇੱਥੇ ਹੀ ਬੈਠਾਂਗੇ, ਨਾ ਅਸੀਂ ਹੱਲੀਏ, ਅਸੀਂ ਮੌਤ ਤੋਂ ਨਹੀਂ ਡਰਦੇ। ਬੀਜੇਪੀ ਵਾਲੇ ਮਾਰਦੇ ਨੇ ਫੜਾਂ, ਕਿਤੇ ਕਹਿੰਦੇ ਨੇ ਪੰਜਾਬ 'ਚ 17 ਸੀਟਾਂ ਲਵਾਂਗੇ, ਪਿੰਡ ਪੰਜਾਬ 'ਚ ਬੜਕੀ ਦਿਖਾਉਣ। ਕਿਸਾਨ ਅੰਦੋਲਨ ਜਿਹੜਾ ਸਿਖਰਾਂ 'ਤੇ ਆ, ਅਤੇ ਮਾਨਸਾ ਰੇਲਵੇ ਸਟੇਸ਼ਨ ਤੋਂ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਧਰਨਾ ਚੱਕ ਕੇ ਇੱਕ ਸਾਈਡ 'ਤੇ ਆਪਣਾ ਜਿਹੜਾ ਸੰਘਰਸ਼ ਜਾਰੀ ਹੈ, ਅਤੇ ਕੁਛ ਜਿਹੜੇ ਬਜ਼ੁਰਗ ਨੇ ਸਾਡੇ ਨਾਲ ਇਸ ਧਰਨੇ ਵਿੱਚ ਮੌਜੂਦ ਨੇ, ਕੀ ਗੱਲਬਾਤ ਆ ਅਤੇ ਕਦੋਂ ਤੋਂ ਸੰਘਰਸ਼ ਦੇ ਵਿਚਾਰ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂਗੇ। ਹਾਂਜੀ, ਕੀ ਨਾਂ ਜੀ? ਮੈਨੂੰ ਰਣਜੀਤ ਸਿੰਘ ਆ, ਭਿੱਖੀ ਹੈ। ਰਣਜੀਤ ਸਿੰਘ, ਤੁਸੀਂ ਕਦੋਂ ਤੋਂ ਧਰਨੇ ਦੇ ਵਿੱਚ ਆ ਰਹੇ ਹੋ? ਅਸੀਂ 1 ਤਰੀਕ ਤੋਂ ਧਰਨੇ ਤੋਂ ਆ ਰਹੇ ਹਾਂ, ਅੱਜ ਸਾਨੂੰ 28 ਦਿਨ 27 ਦਿਨ ਹੋ ਗਏ। ਹੁਣ ਅਸੀਂ ਇਹ ਸਕੀਮ ਕਰੀਏ, 27-5 ਤਰੀਕ ਨੂੰ ਤਾਂ ਸਾਰਾ ਪੰਜਾਬ ਬੰਦ ਕਰਾਂਗੇ, 26 ਤੇ 27 ਨੂੰ ਟਰੈਕਟਰਾਂ ਰਾਹੀਂ ਦਿੱਲੀ ਜਾਵਾਂਗੇ, ਮੋਦੀ ਦਾ ਉੱਥੇ ਜਾ ਕੇ ਗੱਲ ਘੋਟਾਂਗੇ, ਉਹਨੂੰ ਲੋਟ ਆਉਂਦਾ। ਸਾਰਾ ਪੰਜਾਬ ਬੱਚਾ ਬੱਚਾ ਜਾ ਕੇ ਉਹਨੂੰ ਘੇਰਾਂਗੇ, ਉੱਥੇ ਦਾ ਗੱਲ ਘੋਟਾਂਗੇ, ਫਿਰ ਲੱਗੂ ਪਤਾ ਉਹਨੂੰ। ਹਲਤਾ ਮਾਰਦਾ ਨਾ ਗੱਪ, ਮੈਂ ਇਹ ਨਹੀਂ ਕਰਦਾ, ਇਹ ਨਹੀਂ ਕਰਦਾ। ਸਾਰੇ 3 ਬਿੱਲ ਵਾਪਸ ਕਰਾਵਾਂਗੇ, ਉਹਨਾਂ 'ਚ ਦਿੱਲੀ ਤੋਂ ਨਹੀਂ ਆਉਂਦੇ, ਕਿੰਨਾ ਚਿਰ ਵਾਪਸ ਨਹੀਂ ਆਉਂਦੇ। ਨਹੀਂ ਮਰਨਾ ਮਨਜ਼ੂਰ ਸਾਨੂੰ, ਸ਼ਹੀਦੀਆਂ ਪਾ ਦਿਆਂਗੇ, ਪਿੱਛੇ ਨਹੀਂ ਹਟਾਂਗੇ, ਕਿੰਨਾ ਮਰਜ਼ੀ ਜ਼ੋਰ ਲਾ ਲਏ ਪਿੱਛੇ ਨਹੀਂ ਹਟਦੇ। ਅਸੀਂ ਸਾਡੀ ਇਹੀ ਸਹੁੰ ਖਾਧੀ ਹੋਈ ਹੈ ਵੀ ਮੋਦੀ ਕਿੰਨਾ ਜ਼ੋਰ ਲਾ ਲਏ ਪਿੱਛੇ ਨਹੀਂ ਹਟਾਂਗੇ, ਸਾਰਾ ਕੰਮ ਦਿੱਲੀ ਰਹਾਂਗੇ, ਭਾਵੇਂ ਮਹੀਨਾ ਲੱਗ ਜੇ। 27 ਤਰੀਕ ਨੂੰ ਜਾਵਾਂਗੇ, 26 ਨੂੰ 27 ਨੂੰ 2 ਦਿਨ ਟਰੈਕਟਰ, ਪੰਜਾਬ ਦਾ ਬੱਚਾ ਬੱਚਾ ਟਰੈਕਟ ਉੱਥੇ ਜਾਊ, ਸਾਰਿਆਂ ਨੂੰ ਲਿਜਾਵਾਂਗੇ ਚੜ੍ਹ ਕੇ। ਬੀਜੇਪੀ ਆਗੂ ਜਿਹੜੇ ਸਟੇਟਮੈਂਟ ਦੇ ਰਹੇ ਨੇ, ਜਿਹੜੇ ਧਰਨੇ ਦੇ ਰਹੇ ਨੇ, ਇਹ ਵਿਚੋਲੀਏ ਨੇ ਨਾ ਕਿ ਕਿਸਾਨ। ਬੀਜੇਪੀ ਵਾਲੇ ਮਾਰਦੇ ਨੇ ਫੜਾਂ, ਕਿਤੇ ਕਹਿੰਦੇ ਨੇ ਪੰਜਾਬ 'ਚ 17 ਸੀਟਾਂ ਲਵਾਂਗੇ, ਪਿੰਡ ਪੰਜਾਬ 'ਚ ਬੜਕੀ ਦਿਖਾਉਣ। ਆਹ ਹੁਣ ਅਸੀਂ ਧਰਨੇ ਕਰਕੇ ਨਹੀਂ ਬੋਲਦੇ, ਕਿਤੋਂ ਚੋਣਾਂ ਆ ਗਈਆਂ, ਅਸੀਂ ਇੱਕ ਨੂੰ ਇਕੱਲੇ ਨੂੰ ਕੁੱਟਾਂਗੇ, ਅੱਗੇ ਕੁੱਟਦੇ ਰਹੇ ਹਾਂ, ਵੰਡ ਨਹੀਂ ਦਿੰਦੇ ਪੰਜਾਬ 'ਚ, ਉਹ ਵੋਟਾਂ ਦੇ ਮਾਰੇ ਮਾਰਦੇ ਨੇ ਚਾਲਾਂ। ਅਸੀਂ ਕਿਤੋਂ ਬੀਜੇਪੀ ਦੇ ਖਿਲਾਫ਼ ਹੋ ਗਏ, ਇੱਕ ਨਹੀਂ ਖੜਨਾ। ਪਹਿਲਾਂ ਉਦੋਂ ਬਾਦਲ ਕੇ ਨਹੀਂ ਕੁੱਟੇ, ਅਤੇ ਕਾਂਗਰਸ ਕੁੱਟੀ ਅਸੀਂ, ਕਿਸਾਨਾਂ ਦਾ ਰੋਹ ਭੈੜਾ, ਅਸੀਂ ਛੱਡਦੇ ਨਹੀਂ ਇਹਨਾਂ ਨੂੰ, ਕਿਸੇ ਨੂੰ ਨਹੀਂ ਵੜਨ ਦਿੰਦੇ। ਵੋਟਾਂ ਨਾ ਵੋਟਾਂ ਪਾਈਏ, ਮੋਦੀ ਉਹਨਾਂ ਨੂੰ ਐਤਕੀ ਰੜੇ ਭੰਮੀਰੀ ਬੁਲਾਵਾਂਗੇ। ਕੀ ਨਾਂ ਜੀ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਗੁਰਦੇਵ ਸਿੰਘ, ਪਿੰਡ ਅਤਲਾ ਕਲਾਂ। ਤੁਸੀਂ ਕਦੋਂ ਤੋਂ ਧਰਨੇ ਦੇ ਵਿੱਚ ਆ ਰਹੇ ਹੋ? ਮੈਂ ਜੀ 1 ਤਰੀਕ ਤੋਂ ਲੈ ਕੇ ਰੇਲਾਂ ਚੱਕਾ ਜਾਮ ਕੀਤਾ, ਮੈਂ 8-9 ਦਿਨ ਰੇਲਾਂ ਦੀ ਪਟੜੀ ਦੇ ਉੱਤੇ ਪਿਆ। ਮੈਂ ਅੱਜ ਇਹੀ ਬਚਨ ਕਰਦਾ ਮੋਦੀ ਨੂੰ ਵੀ ਮੋਦੀ ਤੈਨੂੰ ਮੂੰਹ ਦੀ ਖਾਣੀ ਪਊਗੀ, ਤੂੰ ਕਿਸਾਨਾਂ ਨੂੰ ਤੰਗ ਕਰ ਰਿਹਾ, ਕਿਸਾਨਾਂ 'ਤੇ ਕੁਹਾੜਾ ਬਹਾ ਰਿਹਾ। ਅਸੀਂ ਜਿਹੜੀ ਤੇਰੀ ਆਰਡੀਨੈਂਸ ਹੈ, ਇਹ ਆਰਡੀਨੈਂਸ ਹੈ ਜਿਹੜੀ 3 ਬਚਨਾਂ ਦੀ ਹੈ। ਪਹਿਲਾ ਬਚਨ ਆਰਡੀਨੈਂਸ ਦਾ ਜਿਹੜਾ ਕਾਲਾ ਕਾਨੂੰਨ ਤੈਂ ਚਾਲੂ ਕੀਤਾ, ਉਹ ਕਾਲੇ ਕਾਨੂੰਨ ਨੂੰ ਤੂੰ ਚਾਲੂ ਕਰ ਨਹੀਂ ਸਕਿਆ। ਜਿਹੜੇ ਗਰੀਬ ਅਤੇ ਮਾਈਆਂ ਤੀਆਂ ਜ਼ਿਮੀਂਦਾਰ ਕਿਸਾਨ, ਉਹਨਾਂ ਨੇ ਕਾਲਾ ਧਨ ਕੱਢ ਕੇ ਲਾਲਾ ਦੀਆਂ ਦੁਕਾਨਾਂ 'ਤੇ ਚਲੇ ਗਏ। ਉਹ ਲਾਲਾ ਕਹਿੰਦਾ ਵੀ ਇਹਨਾਂ ਨੂੰ ਮੈਂ ਕੀ ਕਰਾਂ, ਇਹ ਕਾਗਜ਼ ਨੇ ਨਾ ਇਹ ਚੱਲਦੇ ਨੇ। ਜੋ ਮਾਈਆਂ ਨੇ ਦੁੱਧ ਵੇਚ ਕੇ ਜਾਂ ਚੁੰਗੀ ਕੱਟ ਕੇ ਜਾਂ ਕੋਈ 50 ਟਕਾ ਬਣਾਇਆ, ਉਹ ਸ਼ਾਹੂਕਾਰ ਦੀ ਦੁਕਾਨ 'ਤੇ ਚਲੀਆਂ ਗਈਆਂ, ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਚਲੋ ਬਾਣੀਆਂ ਮਤਲਬ ਲਾਲਾ ਕਹਿੰਦਾ ਵੀ ਤੁਸੀਂ ਥੋੜ੍ਹੇ ਲੈ ਜਾਓ, ਇਹ ਚੱਲਦੇ ਤਾਂ ਹੈ ਨਹੀਂ। ਫਿਰ ਉਦੋਂ ਬਾਅਦ ਕੀ ਕੀਤਾ, ਇਹ ਮੋਦੀ ਦਾ ਬਹਿ ਗਿਆ ਬੇੜਾ, ਇਹ ਮੋਦੀ ਦਾ ਗਲ 'ਚ ਅੰਗੂਠਾ ਦੇ ਕੇ ਅਸੀਂ ਪੰਜਾਬ ਵਾਲੇ ਜਿਹੜੇ ਸਿੱਖਾਂ ਪੰਜਾਬ ਦੇ ਰਹਿਣ ਵਾਲੇ ਆ, ਇਹਦਾ ਗਲ 'ਚ ਅੰਗੂਠਾ ਦੇ ਕੇ ਇਹਦਾ ਅਸੀਂ ਕਚੁੰਬਰ ਕਰ ਦਿਆਂਗੇ। ਜੋ ਕਿਸਾਨਾਂ 'ਤੇ ਨੇ ਵਕਤ ਪਾ ਰੱਖਿਆ, ਉੱਥੇ ਕੀ ਹੋਇਆ ਕਾਲੇ ਧਨ 'ਚ,
किसी ने लड़की का ब्याह करना है, किसी ने मुंडे का ब्याह करना है, किसी ने पोते का ब्याह करना है। उत्थे की करता भी भाई आपका 2000 रुपया एक बंदे मैंबर नू मिलिया करूँ, एदा भाई गए बेड़ा। उत्थे 13 बंदे 14 बंदे 15 18 बंदे लिजा के बैंक ने मूहरे लाइन लाती। उत्थे बैंक मैनेजर यह कहना भी बारी समेत थोनू 2000 रुपया दऊ। अज दसो वो 2001 मैंबर नू मिलता उत्थे किन्ना खर्चा आया भाड़े किराए का। ये जिहड़ी आर्डीनेंस है इन्हें किसानों मुद्दा पाता बह गया बेड़ा मोदी का। हुण जिहड़ी दूजी आर्डीनेंस है उहदे च की होया, इन्हें जो अपना मंडीकरण बोर्ड है वह प्राइवेट करना चाहिया, वह प्राइवेट दे विच की होया, वह जो अपनी फसल है जीरी है फर्त पई है उहनू कहिंदा तनाट बंदा खरीदूगा, तनाट बंदा लऊगा। असी उन्हों मोदी ने यह वचन दिता है भी साडे मंडी दे विच तनाट बंदा तनाच बंदा ना बन लईए ना खरीदन लईए। वह किसान नू की आखूगा, वह किसान नू ए आखू वो थोड़ा की रेट है, साडा 2100 ते 30 रुपये क्वांटल है, वो थोनू मैं 150 रुपये वध दिना। जे तो किसान बेईमान हो गया तो वह जरा मुल है तो वह किसानों का भाई किसान बिगड़ के उन्होंने दे दू, साडा कोई चारा नहीं। पर असी तनाच बंदे नू जीरी नहीं खरीदन देवांगे, सैलर वाले नू खरीदन नहीं देवांगे। सरकार बोली तो आड़तियों नू खरीदे, जिहड़ा मैनेजर है वह आके बोली देगा तो असी जीरी तोलांगे, नहीं जीरी तोल देनी। अज सानू लैणा तो धरना चाके लैण दे बराबर स्टेटन दे मगर टेस्टन दे मगर धरना लाया गया। अज सानू 8-9 दिन हो गए बैठिया, अज मैनू 7वां दिन हो गया रात रहना। पर मैं मोदी नू यह कहनी चाहना जिहड़ा दूजा आर्डीनेंस है तीजा उन्हें की किया, कहना मैं जो किसानों की पराई है वह किसानों फूकन नहीं देनी। मुलाजमान आई सच पुलिस तहसीलदार नायब न पटवारी कनगोल उन्होंने कहता भी किसानों से परचा पा दो फर के जेलों से कर दौ। असी किसी जेल तो नहीं डरते, किसी पुलिस वाले तो नहीं डरते। कनगो पटवारी साढ़े को आवे अगे मूँह की खाणी पई ढाईपी के बिच एक कपैन फड़ी थी साढ़े रिश्तेदारों की, 7 ते परचे पाते डी सी साहब मैडम ने यही जी करी कुत्ते खाणी नायब तहसीलदार अंदर लड़ा के रखिया। वह वापस डी सी साहब से आई सच कनगो पटवारी तहसीलदार आके साडे मूहरे पटियाला सड़क ते साडा धरना सी उत्थे आके माफी मंगी, माफी मंग के वह 8 कपैना वाले ते केस पाया, वह असी वापस लिया, वापस लेके परचे पड़वाए। इन्नी गल है। हुण मैं मोदी नू यह गल कहना भी यह पंजाब के लोग हिंदुस्तान के वासी भारत के वासी पिछे नहीं हटणगे। मोदिया तेरे नाल साडा जंग लगू, असी 4 तरीक नू दिल्ली दे विच पहुंचना है आपने वहीकलों से ट्रैक्टरों से, 13 दिल्ली दे विच घराओ करांगे। जे सानू तू महाराज भी नंगा मिल गया तो तेनू छड़ांगे नहीं, असी जिहड़े तेरे कानून ने उन्हां नू वापस लवांगे। इहदे बेईमान ने आ जिहड़ी करोना बीमारी चलाती, यह करोना बीमारी किते नहीं हैगी। इन्हें जिहड़ा अपनी जनता है अपनी जूनियर दे जिहड़े मैंबर ने मैंबरशिप है वह पर करोना दे नाल जिहड़ा 50 साल का बंदा है 50 साल की बुढ़ी है वह बुढ़िया 9 साल से 25-30 साल के बंदा कहता भी इन्हों बाहर ना निकल दिया। करोना 80 साल से 70 साल 60 साल चिंबड़ी है। सानू की किया परिवार ने कुजे च पानी पाता, सानू गिलास देते भी इहदा गिलास नहीं चकना। फिर दूजा नंबर इन्हें की किया वह बेईमाना साडे किसानों के पुत्तां नू धीआं नू साडे बच्चियां नू तां मूँह मन्नण सिखाता। यह मूँह किने दिता है
ये मोदी की देन है, पर्चियां बन दियां ना दूजे ना दूजे का जने बोल रले ना भाफ रले। तो तीजा नंबर यह है इन्हें की किया, वह बेईमान ने कसीसियां देतियां, जे किसी का मर्ग थोई है भोगते आते ने वो सीसी के पानी नाल हाथ तो मूँह तो। यह बेईमान ने किसानों थले करता, किसानों का कचुंबर करता। असी पर आपका जो सा मसला हल है, असी उठांगे नहीं, इत्थे ही बैठांगे ना असी हलीए। असी मौत तो नहीं डरते, मेरी 90 साल की 4 महीने घट उम्र है। मेरा नाम गुरदेव सिंह भाजन सिंह का सपुत्र, पिंड बड़ा आतला कला। मैं मच्छरों भी नहीं डरता, मैं संगत को कहना मैनू जिथे मर्जी चिखा चिड़के मचा दो, आप हक अपने लैके छड़ांगे, लैके जावांगे। पर मोदी का गल मरोड़ जाएंगे। वाहगुरू जी का खालसा, वाहगुरू जी की फतेह। ये सन बजुर्ग जिन्होंने अपने जोड़ा वो दर्द आ अपना वो बयान किया, पिछले लंबे टाइम तो जोड़ा रेल रोको अंदोलन के शामिल हो रहे हैं।